ਬਚ ਗਿਆ ਤੁਹਾਨੂੰ ਸਮਝਾ ਦਾ ਨਾ ਮਜ਼ਾਕ ਨਹੀਂ ਸਾਲਾ ਖਾਣ ਪੀਣ ਦਾ ਸਮਾਨ ਪਿਆ ਮੇਰੇ ਤਾਂ ਹੁਣ ਬੱਚੇ ਹੋਏ ਆ ਸਾਢੇ ਚਾਰ टॉयलेट भी ਉੱਥੇ ਹੋਣਾ ਤਾਂ ਚੱਕ ਲਓ ਇਹ ਮੇਰੇ ਤੋਂ ਪੁੱਛੀ ਜਾਂਦਾ ਵੀ ਕਿਹੜੀ ਚੀਜ਼ ਕਿੱਥੇ ਪਈ ਆ ਉਹ ਪ੍ਰੋਬਲਮ ਲੱਗਿਆ ਥੋੜੀ ਆ ਇੱਥੇ ਅਧੀਆ ਵੀ ਲੈ ਲਿਆ ਗਾਈਸ ਹੁਣ ਟਾਈਮ ਆਰਾਮ ਨਾਲ ਲੰਘੂਗਾ ਤੇ ਗਾਈਸ ਆਪਾਂ ਫੂਡ ਲੈ ਕੇ ਚੱਲਣਾ ਫੂਡ ਵਧੀਆ ਵਧੀਆ ਉੱਥੇ ਬਣਾਵਾਂਗੇ ਤੇ ਖਾਵਾਂਗੇ चाल समझ के ला गया एक दिन ये शॉपिंग करने तो बाद फिर आप घर जाने दिन आप चैलेंज कंप्लीट करना उन्होंने मिलेगा 10,000 रुपए का इनाम जो कि स्पॉन्सर होगा अपने घर दे वालों ਤਾਂਕਿ ਆਪਾਂ ਨੂੰ ਜਿਹੜਾ ਸਕੇਅਰ ਉਹ ਦਿਖੀ ਜਾਵੇ ਤਾਂ ਆਪਾਂ ਟੇਪ ਲਾਉਨੇ ਆ ਯੂ ਵੀ ਘੰਟਾ ਚਲਾ ਦੇਗਾ ਤਾਂ ਗਾਈਸ ਇਹ ਆਪਣਾ ਕੁਕਿੰਗ ਗਰੀਆ ਤੁਸੀਂ ਦੇਖ ਸਕਦੇ ਹੋ ਆਪਾਂ ਕਰਾਂਗੇ ਅੱਜ ਕੁਕਿੰਗ ਤੇ ਗਾਈਸ ਨਵੇਂ ਨਵੇਂ ਚੀਜ਼ਾਂ ਬਣਾਉਣ ਦੀ ਟਰਾਈ ਕਰਾਂਗੇ ਵੈਸੇ ਤਾਂ ਮੈਂ ਇੰਨਾ ਵਧੀਆ ਕੁੱਕ ਨਹੀਂ ਹੈਗਾ ਹੁਣ ਮੈਂ ਫਿਰ ਵੀ ਤੁਹਾਨੂੰ ਕੁਕਿੰਗ ਕਰਕੇ ਖਵਾਉਂਗਾ ਯਾਰ ਗਾਈਸ ਚੈਲੰਜ ਆਪਣਾ ਇਹ ਹੋਣ ਵਾਲਾ ਕਿ ਜਿਹੜਾ ਹਾਰ ਗਿਆ ਮਤਲਬ ਸਭ ਤੋਂ ਪਹਿਲਾਂ ਨਿਕਲ ਗਿਆ ਉਹਨੂੰ ਵੀ ਜੁਰਮਾਨਾ ਲੱਗੂਗਾ ਤੇ ਪਨਿਸ਼ਮੈਂਟ ਵੀ ਮਿਲੂਗੀ ਉਹਨੂੰ ਤਾਂ ਚਲੋ ਫਿਰ ਬਣਾਈਏ ਤਾਂ ਗਾਈਸ ਖਾਣ ਪੀਣ ਵਾਲੀਆਂ ਚੀਜ਼ਾਂ ਦੀ ਆਪਾਂ ਮਤਲਬ ਕਮੀ ਨਹੀਂ ਛੱਡੀ ਆਪਾਂ ਸਾਰਾ ਕੁਝ ਲੈ ਕੇ ਆਏ ਆ ਮੇਰੇ ਪਹਿਲੀ ਵਾਰੀ ਪਤਾ ਲੱਗਿਆ ਵੀ ਪੀਜ਼ਾ ਇਹਦੇ ਨਾਲ ਬਣਦਾ ਵਾ ਇਹ ਨਾ ਬੰਦਾ ਆਪਾਂ ਕਦੇ ਬਣਦਾ ਦੇਖਿਆ ਨਹੀਂ ਆ ਉਹਨੂੰ ਵੀ ਨਹੀਂ ਪਤਾ ਮੈਂ ਕਰਾ ਘਰੇ ਬਣਾਇਆ ਭਰਾਵਾ ਪਤਾ ਤਾਂ ਗਾਈਸ ਮੈਨੂੰ ਵੀ ਨਹੀਂ ਮਤਲਬ ਇਹ ਖੜਾ ਬੋਏ ਮੈਨੂੰ ਵੀ ਹੁਣ ਹੀ ਪਤਾ ਲੱਗਿਆ ਨਹੀਂ ਮੈਨੂੰ ਹੁਣ ਤਾਂ ਬਣਾਉਣਾ ਕਿਵੇਂ ਬਣਾਉਣਾ ਹੁਣ ਹੁਣੇ ਬਣਾ ਕੇ ਦਿਖਾਉਣਾ ਥੋੜੇ ਟਾਈਮ ਤੱਕ ਪਰ ਹਜੇ ਹੋ ਗਿਆ ਆਪਾਂ ਗਾਈਸ 24 ਘੰਟੇ ਕੱਢਣੇ ਇਹਨਾਂ ਨੇ ਤਾਂ 50 ਮਿੰਟਾਂ ਦੇ ਮਕਾ ਦੇਣਾ ਸਾਰਾ ਕੁਝ ਸਾਡੇ ਰਾਤ ਨੂੰ ਦੁਕਾਨ ਵੀ ਨਹੀਂ ਕੋਈ ਖੋਲਦੀ ਤਾਂ ਕਰਕੇ ਆਪਾਂ ਨੂੰ ਸਾਰਾ ਕੁਝ ਦੇਖਣਾ ਪੈਣਾ ਤਾਂ ਗਾਈਸ ਆਪਣਾ ਚੈਲੰਜ ਹੋ ਚੁੱਕਿਆ ਸਟਾਰਟ ਆਲਮੋਸਟ 10 ਵੱਜ ਚੁੱਕੇ ਆ ਤੇ ਹੁਣ ਤੁਸੀਂ ਦੇਖ ਸਕਦੇ ਹੋ ਗੰਡੇ ਗੁੰਡੇ ਆਪਾਂ ਇੱਧਰ ਕੱਟਣ ਲੱਗੇ ਹੋਏ ਆ ਆਪਾਂ ਨੂੰ ਲਾਤੀ ਹੋਈ ਆ ਗੰਡੇ ਕੱਟਣ ਤਾਂ ਗਾਈਸ ਚੈਲੰਜ ਤੁਹਾਨੂੰ ਪਤਾ ਹੀ ਆ ਕਿ 10 ਰੁਪਏ ਜਿੱਤਣ ਵਾਲੇ ਨੂੰ ਤੇ ਹਾਰਨ ਵਾਲੇ ਨੂੰ ਮਿਲੂਗੀ ਪਨਿਸ਼ਮੈਂਟ ਤੇ ਨਾਲ ਦੀ ਨਾਲ ਜੁਰਮਾਨਾ ਪਰ ਇੱਕ ਗੱਲ ਆ ਕੀ ਯਾਰ ਮਤਲਬ ਬਾਕੀ ਸਭ ਚੈਲੰਜ ਤਾਂ ਹੋ ਜਾਊਗਾ ਔਖਾ ਸੌਖਾ 24 ਘੰਟੇ ਚਲੋ ਰਹਿ ਲਾਗੇ ਇਹਦੇ ਵਿੱਚ ਨਿੱਕੀ ਥਾਂ ਤੇ ਬਟ ਜਦੋਂ ਇੱਕ ਜਾਂ ਦੋ ਨੰਬਰ ਆਊਗਾ ਨਾ ਉਦੋਂ ਥੋੜਾ ਚੱਕਰ ਪਊਗਾ ਟਾਇਲਟ ਪੱਟ ਕੇ ਲੈ ਆਵਾਂਗੇ ਇੱਥੇ ਇੱਟਾਂ ਰੱਖ ਲਈ ਦੋ ਉਹ ਪਈਆਂ ਇਹਦਾ ਕੀ ਕਹਿਤਾ ਉਹ ਬਾਬੇ ਛੱਡੂਗਾ ਤਾਂ ਨਹੀਂ ਇਹਦੇ ਨਾਲ ਯਾਰ ਆਹ ਵੀ ਮੈਂ ਵੀ ਹੈਲਪ ਕਰਾਉਣਾ ਪਿਆ ਵਾ ਕੋਈ ਨਹੀਂ ਆਈ ਜਾਂਦਾ ਬੈਠਾ ਪਤੰਦਰ ਹੋਰ ਕੀ ਕਰੇ ਬੰਦਾ ਸੱਚ ਛੱਲੜੀਆਂ ਯਾਰ ਤੂੰ ਤਾਂ ਉਹ ਨਹੀਂ ਆਂਦੇ ਟਮਾਟਰ ਵੀ ਜੀਰਾਂਗੇ ਓਏ ਉਹ ਪੈਣ ਦੇ ਆ ਵੀਰਿਆ ਇਹਨੂੰ ਇੱਧਰ ਰੱਖ ਛੱਲੜਾਂ ਨੂੰ ਸੌਰੀ ਯਾਰ ਰਸੋਈ 'ਚ ਰੱਖਦੀ ਸਾਰਾ ਕੁਝ ਆਪਾਂ ਟਾਈਮ ਨਾਲ ਹੀ ਰਸੋਈ 'ਚ ਰਸੋਈ ਦੇਖੋ ਸੋ ਰਿਚ ਕਿਡਸ ਐਂਡ ਰਿਚ ਇੰਨੀ ਗਰੀਬੀ ਆਈ ਹੋਈ ਹੈ ਰਿਚ ਕਿੱਥੇ ਆ ਕਿਚਨ ਉਹ ਆ ਤਾਂ ਪੰਜ ਸੀਗੀਆਂ ਚਾਰ ਕਿਵੇਂ ਰਹਿ ਗਈ ਇੱਕ ਪਿੱਛੇ ਪਈ ਆ ਸਾਜ ਸਾਹ ਆ ਗਾਈਸ ਮੈਂ ਤਾਂ ਪੁਲਿਸ ਨੂੰ ਫੋਨ ਲਾਉਣ ਲੱਗਾ ਕੇ ਵਰਗ ਨਾ ਓਏ ਆ ਕਿੱਥੇ ਸਿੱਟੀ ਆ ਟਰਾਈ ਕਰਕੇ ਦੇਖੀ ਆ ਕਿੱਥੇ ਸਿੱਟੀ ਦੇਖੀ ਆਪਣ ਆ ਹਜੇ ਹਜੇ ਨਾ ਸੱਟੀ ਖੜਤਾ ਇਹਨੂੰ ਗੰਡੇ ਦਾ ਮਜ਼ਾ ਹੀ ਤਾਂ ਬਾਤ ਆਇਆ ਜਬ ਉਸਕੋ ਕੀ ਖਾਇਆ ਓਏ ਮੱਥੇ ਤੇ ਮਾਰਿਆ ਦਿਮਾਗ ਖਰਾਬ ਆ ਸੱਚੀ ਆ ਬੰਦੇ ਦਾ ਉਹਦਾ ਵੀ ਕਰਤਾ ਛੱਲਿਆ ਗਿਆ ਉਹਨੇ ਚਿਪ ਪਾਤਾ ਉਹਨ ਚ ਮੇਰੇ ਮੱਥੇ ਚ ਵੀ ਪਾਤਾ ਦੇਖੋ ਗਾਈਜ਼ ਕਿੰਨੇ ਵਧੀਆ ਗੰਡੇ ਕੱਟਦਾ ਪਿਆ ਮੈਂ ਸਵਾਦ ਆ ਰਿਹਾ ਜ਼ਿੰਦਗੀ ਦਾ ਅੱਜ ਬਾ ਘਰ ਦੇ ਨਾ ਦੇਖ ਲੈਣ ਵੀਡੀਓ ਉਹਨਾਂ ਨੇ ਮੇਰੇ ਤੋਂ ਕਟਾਉਣੇ ਕਰਨੇ ਆ ਰਸ਼ਾਈ ਓਏ ਗੰਡੇ ਕੱਟ ਰਹੀ ਅਸੀਂ ਬਾਹਰ ਚੱਲੇ ਬੜਾ ਆ ਕੱਟ ਕੇ ਰੱਖੀ ਤੜਕਾ ਲਾ ਕੇ ਰੱਖੀ ਅੱਖਾਂ 'ਚ ਪਾਣੀ ਆ ਗਿਆ ਗਾਈਜ਼ ਤੁਸੀਂ ਦੇਖ ਸਕਦੇ ਹੋ ਗੰਡੇ ਆਪਾਂ ਲਏ ਹੋਏ ਆ ਕੱਟ ਤੇ ਆ ਰੱਖ ਤੇ ਕਹਿੰਦੇ ਸਵਾਦ ਹੀ ਆ ਗਿਆ ਬਹੁਤ ਔਖੇ ਔਖੇ ਜੇ ਕੱਟਿਆ ਗਾਈਜ਼ ਦੇਖੋ ਆ ਗੰਡੇ ਦੇਖੋ ਕੱਟੇ ਗਾਈਜ਼ ਗੰਡੇ ਰਕੇ ਗੰਡੇ ਕੱਟੇ ਇਹ ਬਣਾਉ ਪੀਜ਼ਾ ਇੱਕ ਤੁਹਾਨੂੰ ਮੰਮੀਆਂ ਤਰ੍ਹਾਂ ਮੈਂ ਪੀਜ਼ੇ ਬਣਾ ਬਣਾ ਖਵਾਵਾਂ ਉਲਟਾ ਗਾਲਾਂ ਕੱਢੀ ਜਾਂਦੇ ਆ ਮੈਨੂੰ
गाइस गंडा कटना ते प्याज कटना नहीं प्याज दा गंडा इको ही हुंदा गाइस गंडा कटना टमाटर कटना मैं बेलपुर जाले तो सिखया सी ओ गंडे ही थां ते तू बुटर दा ही नाम ले देंदा यार ਕਿਹੜੇ ਘੰਡੀਆਂ ਤੋਂ ਸਿੱਖਿਆ ਜਿਹੜੇ ਐਡੇ ਐਡੇ ਕੱਟ ਰਿਹਾ ਵਾਂ ਤੂੰ ਮੈਂ ਉਹ ਟਿਊਸ਼ਨ ਕਲਾਸਿਸ ਥੋੜੀ ਲਈਆਂ ਸੀ ਯਾਰ ਉਹ ਕੱਟਦਾ ਪਿਆ ਸੀਗਾ ਮੈਂ ਦੇਖ ਲਿਆ ਬਸ ਖਾਂਦੇ ਪਿੰਦੇ ਘਰ ਦੇ ਟਮਾਟਰ ਇਹ ਐਂ ਲੱਗਦਾ ਜਿਵੇਂ ਮੈਂ ਮੀਟ ਮਾਰਕੀਟ ਤੋਂ ਸਿੱਖਿਆ ਹੁੰਦਾ ਐਡੇ ਐਡੇ ਪੀਸ ਕਰੀ ਜਾਂਦਾ ਹੁਣ ਪੀਜ਼ੇ ਦੀ ਸ਼ੁਰੂਆਤ ਹੋ ਚੁੱਕੀ ਆ ਤੁਸੀਂ ਦੇਖ ਸਕਦੇ ਹੋ ਇਹ ਆ ਵੇ ਉਸ ਤੋਂ ਬਾਅਦ ਆਪਾਂ ਲਾਵਾਂਗੇ ਤੇ ਪੀਜ਼ਾ ਸੌਸ ਇਹ ਯਾਰ ਯਾਰ ਚ ਗਰਾਮ ਵਧੀਆ ਬਣਾਉ ਯਾ ਤੂੰ ਪੀਜ਼ੇ ਨੂੰ ਜ਼ਖਮੀ ਬਣਾਤਾ ਓਏ ਆ ਦੇਖੋ ਗਾਇਜ਼ ਹੁਣ ਆਪਾਂ ਇਹਦੇ ਪਾਵਾਂਗੇ ਪਿਆਜ਼ ਓਏ ਓਏ ਸਾਬ ਨਾ ਪਾ ਬਾਕੀ ਬਣਾਉਣੇ ਆ ਹਜੇ ਹੈਗੇ ਉਹਦੇ ਆਪਣੇ ਕੋਲ ਹੋਰ ਪਏ ਆ ਉਹ ਤਾਂ ਹੈਗੇ ਆ ਮਤਲਬ ਕਿ ਕਹਿੰਦੇ ਸਾਬ ਨਾਲ ਪਾ ਸਾਬ ਨਾਲ ਪਾ ਤੂੰ ਤਾਂ ਪਿਆ ਪਿਆਜ਼ ਵਾਲਾ ਪੀਜ਼ਾ ਬਣਾਉਣ ਲੱਗਾ ਪਿਆ ਪਿਆਜ਼ ਵਾਲੀ ਹੁੰਦਾ ਪੀਜ਼ਾ ਲੈ ਆ ਵੀ ਤੈਨੂੰ ਕੱਟਾਂਗੇ ਕਿਵੇਂ ਸਾਰੇ ਆ ਆਰੀ ਲੈ ਕੇ ਆਈ ਮੜਾ ਥੋੜੀ ਥੋੜੀ ਤੇ ਦੂਜੀ ਛੇਣੀ ਓਏ ਭਰਾਵਾ ਇਹ ਉੱਤੋਂ ਹੀ ਹਿਲਦੀ ਆ ਮੂਹਰੋਂ ਹਲਾ ਇਹਨੂੰ ਹਾਂ ਐ ਬੁੱਟਰ ਪੰਗਾ ਲਾ ਲੈ ਮੈਂ ਆਪੇ ਕਰ ਲੂਗਾ ਬੁੱਟਰ ਖਿੰਦਰ ਕਿਹੜਾ ਮੇਰੇ ਚਪੇੜਾ ਦੇਖੀ ਫੇਰ ਆ ਫੇ ਤਾਂ ਦੂਰ ਹੀ ਰਹਿਣਾ ਜੇ ਖਿੰਦਰ ਵੀ ਇਹਨੇ ਆਪ ਹੀ ਖੋਦ ਲੜ ਮੇਰੇ ਨਾਲ ਪੈਣਾ ਕੀ ਗੱਲ ਹੋ ਗਈ ਪੀਜ਼ਾ ਕਿਵੇਂ ਬਣਾਉਂਗਾ ਮੇਰੀ ਬਾਹ ਟੁੱਟ ਗਈ ਤਾਂ ਸੌਰੀ ਭਰਾ ਸੌਰੀ ਗਾਇਸ ਇਦਾਂ ਕਹਦਾ ਲੱਗ ਰਿਹਾ ਮੈਨੂੰ ਵੀ ਬਾਲਾ ਹੀ ਸਵਾਦ ਬਣੂਗਾ ਇਹ ਕੁਛ ਜ਼ਿਆਦਾ ਹੀ ਬਣ ਜਾਣਾ ਗਲਤੀ ਮਲਤੀ ਮੇਰੇ ਤੋਂ ਕਿਤੇ ਹੋ ਜਾਣੀ ਆ ਇਹਨਾਂ ਨੇ ਰੋਜ਼ ਹੀ ਖਾਣ ਆਉਣਾ ਮੇਰੇ ਕੋਲ ਇਹਨਾਂ ਕਹਿੰਦਾ ਰੋਜ਼ ਚੈਲੰਜ ਬਣਾਓ ਜੇ ਸਮਾਨ ਡੁੱਲ ਗਿਆ ਆਏ ਨਹੀਂ ਇੰਨਾ ਵੀ ਚੀਜ਼ ਨਹੀਂ ਡੁੱਲਣਾ ਚਾਹੀਦਾ ਵਧੀਆ ਬਣਾਉ ਹਰਸ਼ ਗਰਾ ਆ ਜਾ ਮਨ ਓਏ ਥੱਲੇ ਤੇ ਘਿਓ ਦੀਪ ਆਉਂਦਾ ਪਰ ਹੋ ਜਾ ਪਟਾਕਾ ਬਹੂਗਾ ਇਹ ਤਾਈ ਕਹਿੰਦਾ ਪਰ ਹੋ ਜਾ ਪਹਿਲਾਂ ਹੀ ਬੜੀ ਕੇ ਡਣਾ ਯਾਰ ਤੇ ਬਾਕੀ ਨਹੀਂ ਮੈਨੂੰ ਪਤਾ ਅੱਗੇ ਕੀ ਕਰਨਾ ਬਟਨ ਬਟਨ ਮੈਨੂੰ ਨਹੀਂ ਚਲਾਉਣੇ ਆਉਂਦੇ ਬਸ ਫੇਰ ਤਾਂ ਤੈਨੂੰ ਪਰ ਹੋਣਾ ਪੈਣਾ ਹੀ ਆ ਡੈਡੀ ਨੂੰ ਕਰ ਲੈ ਤੂੰ ਕਿੰਨੇ ਮਿੰਟ ਚ ਬਣੂ ਇਹ ਆਪਾਂ ਕਰਤਾ 220 ਤੇ ਟੈਂਪਰੇਚਰ बंद कर जगाड़ होवे ना बंदे कोले गाइस तुसीं देख सकदे हो पिज़्ज़ा अपना बन चुक्या साडी मेहनत सफलता पूर्वक बाबे दे बराबर बराबर हिस्से कर मैं करूंगा पांच पांच हिस्से तूं रोंडी लादा पांच हिस्से शक्ल तू रोंडी पिटेगा ऐ बड्डे नहीं आना है थोड़ा टेस्ट कर लेने स्वाद आवे आप बनाई होंगी ना बड़ा घंट ओए आप दी जी बना के खाने का बड़ा स्वाद आगे सही इदा बार मैं कदे नहीं खादा सही दसा बड़ा घंट थैंक यू वो गत्ते जे पैक होंगे ना गत्ते जी स्मेल ज्यादा आती होंगी है ट्रेन वाली चाबी खो के आ यार वो अभी गलती है वो धक्के ना लै गए यार ओए बस कर पड़ने पड़ने ले पड़ाई ओए ਬਈ ਜਿਹੜੇ ਬਈ ਯਾਰ ਤੁਸੀਂ ਮਤਲਬ ਬਾਹਰ ਵੇਚਦੇ ਹੋ ਦੇਖਿਆ ਚੀਜ਼ਾਂ ਪਾਇਆ ਕਰੋ ਵਿੱਚ ਯਾਰ ਦੇਖੋ ਸਾਨੂੰ ਪਤਾ ਲੱਗ ਗਿਆ ਕਿੰਨਾ ਸਸਤਾ ਪੈਂਦਾ ਇਹ ਝੂਠ ਬੋਲਦੇ ਹੋ ਤੁਸੀਂ ਸਾਨੂੰ ਪਤਾ ਬਸ ਗੰਡੇ ਤੇ ਪਿਓ ਹੀ ਪੈਂਦੇ ਆ 150 ਦਾ ਪੀਜ਼ਾ ਨਹੀਂ ਹੁੰਦਾ 800 ਦਾ ਵੇਚਦੇ ਹੋ ਤੁਸੀਂ ਯਾਰ ਗਲਤ ਗੱਲ ਹੈ ਕੋਈ ਰੋਜ਼ਾ ਨੇ ਉਹ ਨਹੀਂ ਕਰਨਾ ਹੁੰਦਾ ਗੱਲ ਦਾ ਰੈਂਟ ਨਹੀਂ ਕੱਟਣਾ ਹੁੰਦਾ ਆਪਦੇ ਬੱਚੇ ਨਹੀਂ ਪਾਲਨੇ ਉਹਨਾਂ ਨੇ ਨਹੀਂ ਰੈਂਟ ਕੱਟਣਾ ਸਾਰਾ ਕੁਝ ਕਰਨਾ ਹੁੰਦਾ ਗੱਲ ਨੇ ਗਾਈਜ਼ ਜਿੰਨਾ ਮਰਜ਼ੀ ਮਹਿੰਗਾ ਵਿੱਚ ਤੁਹਾਡੀ ਮਰਜ਼ੀ ਆ ਮੈਂ ਤੁਹਾਡੇ ਨਾਲ ਆ ਗਾਈਜ਼ ਤੁਹਾਨੂੰ ਪਤਾ ਵੀਡੀਓ ਬਣਾਉਣ ਚ ਬਹੁਤ ਜ਼ਿਆਦਾ ਮਿਹਨਤ ਲੱਗਦੀ ਹੈ ਸਭ ਚੀਜ਼ਾਂ ਜੋ ਹੀ ਕਰ ਰਹੇ ਆ ਹੁਣ ਸਵਾਦ ਵੀ ਆ ਰਿਹਾ ਤੁਹਾਨੂੰ ਵੀ ਸਵਾਦ ਆ ਰਿਹਾ ਦੇਖਣ ਦਾ ਤਾਂ ਹੁਣੇ ਜਾ ਕੇ ਚੈਨਲ ਨੂੰ ਸਬਸਕ੍ਰਾਈਬ ਕਰੋ ਕਿਉਂਕਿ ਯਾਰ ਤੁਸੀਂ ਨਾ ਮਤਲਬ ਵੀਡੀਓ ਦੇਖ ਕੇ ਚਲੇ ਜਾਓ ਸਬਸਕ੍ਰਾਈਬ ਨਹੀਂ ਕਰਦੇ ਚਲੋ ਜੀ ਪਾਤੀ ਥੱਪਦੀ ਆ ਜੀ ਹੋਰ ਪਾਲਾ ਆਪਣੇ ਆ ਘਰ ਦੀ ਚੀਜ਼ ਆ ਇੱਥੇ ਇੱਥੇ ਤੇ ਪਾ ਲਈ ਜਗ੍ਹਾ ਤੇ ਗਾਈਜ਼ ਉੱਥੇ ਮਤਲਬ ਐਕਸਟਰਾ ਮਤਲਬ ਪੈਸੇ ਮੰਗਦੇ ਆ ਵੱਧ ਫੋਨ ਤੇ ਹਾਂ ਤੇ ਉਹ ਹੁੰਦੀ ਵੀ ਜਲ ਹੀ ਆ ਦੇਖੋ ਸਾਰਾ ਤੁਹਾਨੂੰ ਮੈਂ ਫ੍ਰੀ ਦਿਖਾਉਂਦਾ ਪਿਆ ਵਾ ਨਾ ਵਾ ਤੇਰਾ ਹਾਂ ਹਾਂ ਇੱਥੇ ਰਹਿਣਾ ਸੌਖਾ ਵਾ ਸੌਖੇ ਨੂੰ ਤਾਂ ਨਾਰੋ ਬਾਹਰ ਭੱਜੋ ਫਿਰ ਬਾਹਰ ਭੱਜੋ ਨਹੀਂ ਆ ਦੇ ਕੀ ਆ ਕਿਉਂ ਵੀ ਹਾਂ ਇੱਥੇ ਪਾ ਦੇ ਯਾਰ
ਮੈਂ ਆਰਾਮ ਨਾਲ ਦਾ ਘਰੇ ਪਾਉਗਾ ਦਾ ਰੂਮ ਵਿੱਚ ਐਸੀ ਛੱਡ ਕੇ ਛੱਡ ਕੇ ਵਧਾ ਹਾਂ ਵਾਧਾ ਕਿੰਨਾ ਹੋਰ ਕਿੰਨਾ ਵਾਧਾ ਹੋਰ ਬਈ ਉਹ ਵਾਧਾ ਜਾਂਦਾ ਪਰ ਇੰਨੇ ਤੇ ਕਰਨਾ ਹੁੰਦਾ ਇਹਨੂੰ ਓਏ ਕਰਨਾ ਹੀ ਇੰਤੇ ਹੁੰਦਾ ਇਹਨੂੰ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਸੀ ਤਾਂ ਅਸੀਂ ਖੇਡੀ ਜਾਂਦੇ ਆ ਇੱਥੇ ਤੇ ਅੱਜ ਆਹ ਸਿੱਖ ਲਿਆ ਹੀ ਕਰਨਾ ਤੇ ਸਾਨੂੰ 12 ਵੱਜ ਚੁੱਕੇ ਆ ਤੇ ਆਪਾਂ ਯਾਰ ਹਜੇ ਤਾਂ ਬਹੁਤ ਟਾਈਮ ਰਹਿਣਾ ਵਾ ਕੱਲ ਦਾ ਦਿਨ ਵੀ ਰਹਿਣਾ ਵਾ ਤਾਂ ਟਰਾਈ ਕਰਾਂਗੇ ਤੁਹਾਨੂੰ ਮੈਂ ਰਾਤ ਨੂੰ ਤੱਕੇ ਧੁੱਕੇ ਮਾਰ ਕੇ ਬਾਹਰ ਕੱਢਦਾ ਰਾਤ ਨੂੰ ਸੁੱਤੇ ਪਏ ਦੇ ਕਿਸੇ ਦੇ ਲੱਤ ਮਾਰ ਕੇ ਬਾਹਰ ਕੱਢਾਂਗੇ ਇਹ ਤਾਂ ਫਿਰ ਧੋਖਾ ਆ ਮੈਂ ਤਾਂ ਸੌਂਦਾ ਨਹੀਂ ਮੈਂ ਤਾਂ ਉੱਠ ਕੱਢਦਾ ਜਲਦੀ ਚੀਜ਼ ਦੇਖ ਭਰਾਵਾ ਓਵਰਲੋਡ ਕੀਤਾ ਪਿਆ ਵਾ ਗਾਈਜ਼ ਜਿਹੜਾ ਇੱਕ ਦਾ ਪੈਕਟ ਨਾ ਉਹ ਅਸੀਂ ਹੁਣ ਰੇਟ ਦੇਖਿਆ 500 ਦਾ ਚੱਕ ਪਿਆਰ ਨੇ 550 ਦਾ ਗਾਈਜ਼ ਪੀਜ਼ਾ ਪੈਂਦਾ ਏ ਖਿੱਚ ਲੋ ਜਿੰਨਾ ਮਰਜ਼ੀ ਖਿੱਚ ਲੋ ਓਏ ਓਏ ਆ ਕੀ ਹੁਣ ਪਤਾ ਲੱਗਿਆ ਐਕਸਟਰਾ ਕਾਤੋਂ ਲੈਂਦੇ ਆ ਉਹ ਗਾਈਜ਼ ਮਹਿੰਗਾ ਹੀ ਹੁੰਦਾ ਮੁੜਾ ਚਕਾਇਆ ਹੀਗਾ ਮੈਂ ਦਾ ਖਿੱਚ ਲੋ ਇਹ ਲੜੀ ਜਾਂਦਾ ਗਾਈਜ਼ ਤਾਂ ਗਾਈਜ਼ ਆਪਾਂ ਹੁਣ ਫੇਰ ਖਾਣ ਲੱਗੇ ਇਸ ਵਾਰੀ ਤਾਂ ਚੀਜ਼ ਬਹੁਤ ਜ਼ਿਆਦਾ ਪਾਈ ਹੋਈ ਆ ਓਵਰਲੋਡ ਗਰਮ ਆ ਜੇ ਬੁਰਸ਼ ਕਰਦਾ ਹੁੰਦਾ ਤਾਂ ਗਾਈਸ ਇੰਨਾ ਜ਼ਿਆਦਾ ਗਰਮ ਸੀਗਾ ਨਾ ਪੀਜ਼ਾ ਕਿ ਮੇਰੇ ਉੱਪਰੋਂ ਜਗਾਰ ਜਾਣੀ ਹੁੰਦਾ ਸੜ ਗਿਆ ਬਾਬੇ ਉਹ ਜਿਹੜੀ ਚੀਜ਼ ਸੀ ਬਾਹਲੀ ਜ਼ਿਆਦਾ ਆਈ ਉਹ ਹੁਣ ਆ ਪੀਵਾਂਗੇ ਠੰਡਾ ਠੰਡਾ ਕੋਕ ਤੇ ਬਿਮਾਰ ਹੋ ਜਾਵਾਂਗੇ ਇਹ ਰੂਲ ਆ ਸੀ ਬਿਮਾਰ ਹੋ ਗਏ ਫਿਰ ਅਸੀਂ ਇੱਥੇ ਹੀ ਸੋ ਜਾਵਾਂਗੇ ਹੋਰ ਗਾਈਸ ਆਪਾਂ ਚੀਜ਼ਾਂ ਵੀ ਕਰਨੀਆਂ ਨੇ ਬਟ ਮੈਨੂੰ ਮਾੜਾ ਇੱਕ ਘੰਟਾ ਕੁ ਸੋ ਲੈਣ ਦਿਓ 1 ਵਜੇ ਮੈਨੂੰ ਉਠਾ ਦਿਓ ਬਾਬੇ 1:30 ਵਜੇ ਘਰ ਦੇ ਗੱਲ ਨਹੀਂ ਮੰਨਦੇ ਸੀਰੀ ਕਿੱਥੋਂ ਮੰਨ ਲੂਗੀ ਹੇ ਸੀਰੀ ਵੇਅਰ ਆਰ ਯੂ ਬਿਚ ਹੁਣ ਰੱਜੇ ਜੇ ਹੋਏ ਹੁਣ ਕੀ ਕਰਾਂ ਰੱਜੇ ਜੇ ਹੋਏ ਆ ਮੈਂ ਚੱਲਿਆ ਜਾਣਾ ਫਿਰ ਤਾਂ ਵਧੀਆ ਹੀ ਆ ਉਨੀ ਜਲਦੀ ਬਾਬੇ ਚੈਲੰਜ ਖਤਮ ਹੋਊਗਾ ਫਿਰ ਜਾ ਕੇ ਆਰਾਮ ਨਾਲ ਸੋਵਾਂਗੇ ਅੰਦਰ ਇੰਨੇ ਵਧੀਆ ਮੈਟਰੈਸ ਤੇ ਕਹਿੰਦੇ ਸਿਰਫ 10 ਇੰਚ ਵਾਲਾ ਮੈਟਰੈਸ ਆ ਉੱਥੇ ਪਾਵਾਂਗੇ ਇੱਥੇ ਪਏ ਹੋਏ ਆ ਦੇਖੋ ਡਾਊਨ ਟੂ ਅਰਥ ਹੋ ਕੇ ਡਾਊਨ ਟੂ ਕੋਠਾ ਕਹਿੰਦੇ ਸੀ 2 ਵਜੇ ਉੱਠ ਖੜਾਂਗੇ ਇਹ ਬੰਦੇ ਲੇਟ ਉੱਠੇ ਆਪਾਂ ਆਰਾਮ ਨਾਲ ਪੀ ਲੱਗੇ ਹੋਏ ਆ ਗਾਈਜ਼ ਮੈਂ ਤੁਹਾਨੂੰ ਟਾਈਮ ਥੋੜਾ ਲੱਗ ਗਿਆ ਮਤਲਬ ਮੈਂ ਹੁਣ ਨਹੀਂ ਦੱਸਦਾ ਮੈਂ ਸੁੱਤਾ ਨਹੀਂ ਆ ਉਦਾਂ ਹੀ ਨਾ ਐਂ ਕਰਕੇ ਹੀ ਪਿਆ ਹੋਇਆ ਸੀਗਾ ਮੈਂ ਇਹਦੇ ਪਿੱਛੇ ਪਿਆ ਹੋਇਆ ਸੀ ਮਤਲਬ ਵੀ ਉੱਠ 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 ਇਹ ਉੱਠਦਾ ਹੀ ਨਹੀਂ ਸੀ ਉੱਠਦਾ ਹੀ ਨਹੀਂ ਸੀ ਮੈਂ ਇਹਦੇ ਪਿੱਛੇ ਪਿਆ ਸੀ ਪਰ ਉੱਠ ਉੱਠਾਲਾ ਨਹੀਂ ਦੇ ਗਾਈਸ ਇੱਕ ਗੱਲ ਹੋਰ ਤੁਹਾਨੂੰ ਦੱਸਣੀ ਸੀ ਉਹ ਪੁੱਟਰ ਮੈਂ ਇੱਧਰ ਆਂਦੇ ਸਾਹ ਸਾਹ ਆ ਲੈਣ ਕਿੱਥੇ ਆ ਆ ਦੇਖ ਕਿੱਥੇ ਆ ਕਿੱਥੇ ਓਏ ਹੱਥ ਹੁਣ ਲਾਤਾ ਬਾਹਰ ਓਏ ਬਾਹਰ ਕਿਵੇਂ ਜਾਈਦਾ ਬਾਹਰ ਜਾ ਕੇ ਦੇਖ ਮੈਂ ਧੱਕੇ ਨਾਲ ਹੀ ਮੇਰੇ ਸਾਹ ਸਾਹ ਦੀ ਗੱਲ ਕਰਦਾ ਫਿਰ ਐ ਦੱਸ ਕੁੱਤੇ ਬਾਬੇ ਲੈ ਕੇ ਆਈਏ ਨਾਲੇ ਪਾਰਟੀ ਕਰੀ ਕੁੱਤਿਆਂ ਨਾਲ ਜਿਨ੍ਹਾਂ ਜਿਨ੍ਹਾਂ ਦੇ ਮਹੱਲੇ ਦੇ ਵਿੱਚ ਜਾਂ ਕਹਿੰਦੇ ਗਲੀ ਦੇ ਵਿੱਚ ਰਾਤ ਨੂੰ ਕੁੱਤੇ ਭੌਂਕਦੇ ਕਮੈਂਟ ਕਰੋ ਹਲੇ ਮੈਂ ਸਕੂਲ ਜਾਣਾ ਵਾ ਸਵੇਰੇ ਤੂੰ ਪਹਿਲਾਂ ਕਿਉਂ ਨਹੀਂ ਦੱਸਦਾ ਹੁੰਦਾ ਚਿੱਟੀ ਵਰਦੀ ਪਾਉਣੀ ਪੈਣੀ ਆ ਸਕੂਲ ਜਾਣ ਨੂੰ ਰਹਿੰਦਾ ਕਹਿੰਦਾ ਇਹ ਸਾਡੇ ਕੋਲੋਂ ਪੁੱਛ ਕੇ ਜਾਏਗਾ 100 ਰੁਪਈਆ ਫਾਈਨ ਲੈਂਦੇ ਆ ਉਹ ਜੇ ਚਿੱਟੀ ਵਰਦੀ ਨਾ ਪਾ ਕੇ ਜਾਈ ਹਾਂ ਫਿਰ ਤੂੰ ਰਹਿਣ ਦੇ ਗੱਡੇ ਘੱਟ ਇੱਥੇ ਬੈਠੇ ਚਿੱਟੀ ਵਰਦੀ ਹੈਗੀ ਐ ਤਾਂ ਤੂੰ ਪਹਿਲਾਂ ਦੱਸਿਆ ਕਰ ਸਾਨੂੰ ਚੱਲ ਗਈ ਸੀ ਇੱਕ ਕੰਪੀਟੀਟਰ ਦਾ ਆਪਣਾ ਘਟੂਗਾ ਫਿਰ 2 ਰਹਿ ਜਾਣੇ ਇਹਨੂੰ ਚਪੇੜਾ ਮਾਰ ਮਾਰ ਕੇ ਐਵੇਂ ਘਟੂਗਾ ਮੈਂ ਛੁੱਟੀ ਮਾਰ ਲੈਣੀ ਆ ਹਾਂ ਇਹਨੂੰ ਪੂਰੀ ਪ੍ਰੈਕਟਿਸ ਹੈ ਦੀ ਬੇਲ ਪੂੜੀ ਵਾਲਾ ਜੀ ਬੇਲ ਪੂੜੀ ਇਹ ਦੇ ਪੂੜੀ ਬੇਲ ਪੂੜੀ ਗਾਇਸ ਮੇਰਾ ਸਟਾਲ ਬੁੱਟਰ ਹੈ ਬੇਲ ਪੂੜੀ ਕਿਉਂ ਬਈ ਮੰਨਦੇ ਹੋ ਮੰਨਣ ਨੂੰ ਤਾਂ ਬਾਬਾ ਬਾਥਰੂਮ ਬਾਬੇ ਉਹ ਕਰੀ ਜਾਂਦਾ ਮੇਰਾ ਸੱਜੇ ਨਿਕਲਣ ਵਾਲਾ ਆਹ ਆਰਾਮ ਨਾਲ ਟਹਿਲਦਾ ਫਿਰਦਾ ਬੰਦਾ ਮੈਨੂੰ ਇੰਨਾ ਜ਼ੋਰ ਦੀ ਨਹੀਂ ਆ ਮਜ਼ਾਕ ਨਹੀਂ ਕੀਤਾ ਮੈਂ ਵੀ ਨਾ ਦੇਖੋ ਲੱਗ ਰਿਹਾ 300 ਗੇ ਹੋ ਗਏ ਬਾਬੇ ਓਵੇ ਹਾਂ 300 ਗੇ ਹੋ ਗਏ ਮੁਬਾਰਕਾਂ ਹੋਣ ਮੈਂ ਕਹੀ ਸਾਨੂੰ ਰਾਤ ਦੇ ਇੰਨੇ ਟਾਈਮ ਬਾਅਦ ਮਤਲਬ ਸਾਨੂੰ ਇੱਕ ਬਹੁਤ ਵਧੀਆ ਅਪਡੇਟ ਮਿਲਿਆ ਤੁਸੀਂ ਦੇਖ ਸਕਦੇ ਹੋ ਆਪਣੇ 3 ਲੱਖ ਸਬਸਕ੍ਰਾਈਬਰ ਕੰਪਲੀਟ ਹੋ ਚੁੱਕੇ ਆ ਯੇ ਖੁਸ਼ੀ ਖੁਸ਼ੀ ਵਿੱਚ ਜਿਹੜਾ ਪੱਪੇ ਨਾਲ ਦਿਲ ਕਰ ਰਿਹਾ ਸਾਡੀ ਪਾਰਟੀ ਹੋ ਗਈ ਇਸੇ ਖੁਸ਼ੀ ਪੀਜੇ ਵੀ ਖਾ ਲੇ ਹੁਣ ਵੇਲ ਪੂੜੀ ਖਾਵਾਂਗੇ ਬਾਅਦ ਚ ਮੈਗੀਆਂ ਮੁਗੇ ਸਾਰਾ ਕੁਝ ਚੱਲੂਗਾ ਸ਼ੁਰੂ ਤੋਂ ਲੈ ਕੇ ਲਾਸਟ ਤੱਕ ਦੇਖੀ ਓਏ 300 ਕੇ ਹੋਣ ਦੀ ਖੁਸ਼ੀ ਵਿੱਚ ਪਾਰਟੀ ਨਹੀਂ ਇਹ ਪਾਰਟੀ ਹੋ ਗਈ ਦੁਰੇ ਕਿਹੜੀ ਪਾਰਟੀ ਹੋ ਗਈ ਚੱਲ ਜਾ ਗ੍ਰੈਂਡ ਪਾਰਟੀ ਹੋਊਗੀ ਨਹੀਂ ਬਾਈ ਪਾਰਟੀ ਪਾਰਟੀ ਹੋ ਗਈ ਵਾਹ ਜੀ ਵਾਹ ਹਾਂ ਬਾਈ ਉਹ ਦੇਖੋ ਛੋਟੇ ਛੋਟੇ ਦੇ ਮੂੰਹ ਨਿਕਲੇ ਇਹ ਮੁੰਡਾ ਛੋਟੇ ਦੀ ਗੱਲ ਨਹੀਂ ਇਹ ਮੁੰਡਾ ਕਿਹਾ ਘਾਟਾ ਪੂਰੂ ਜੰਮਿਆ ਚਲੋ ਇਸੇ ਖੁਸ਼ੀ ਵਿੱਚ ਗਾਈ ਦੇ ਨਾਲੇ ਵਧੀਆ ਹੋ ਗਿਆ ਤੇ ਧੰਨਵਾਦ ਜਿਹੜੇ ਕਮੈਂਟਸ ਕਰ ਰਹੇ ਆ ਤੇ ਕਾਂਗਰਸ ਕਰ ਰਹੇ ਉਹਨਾਂ ਦਾ ਵੀ ਬਹੁਤ ਧੰਨਵਾਦ ਬਾਕੀ ਬਹੁਤ ਜ਼ਿਆਦਾ ਸਾਨੂੰ ਤਾਂ ਉਲਟੀ ਕਰਤੀ ਕੱਟੀ ਕਰਤੀ ਬਾਕੀ ਬਹੁਤ ਜ਼ਿਆਦਾ ਬਾਕੀ ਬਹੁਤ ਜ਼ਿਆਦਾ ਧੰਨਵਾਦ ਜਿਹਨਾਂ ਨੇ ਸਾਨੂੰ ਸਪੋਰਟ ਕੀਤੀ ਬਾਕੀ ਬਹੁਤ ਜ਼ਿਆਦਾ ਬਾਕੀ ਬਹੁਤ ਜ਼ਿਆਦਾ ਦੇਖਾ ਜੀ ਹੁਣ ਗੰਦਾ ਕੱਟੀਏ ਗਾਇਸ ਇਦਾਂ ਹੀ ਸਾਰੇ ਨੂੰ ਸਪੋਰਟ ਕਰਦੇ ਰਹੋ ਕਿਵੇਂ ਲਾਈਕ ਕਮੈਂਟ ਕਰਦੇ ਰਹੋ ਨਹੀਂ ਤੇਰੇ ਨਾਲ ਲੱਛਣ ਨਹੀਂ ਕਰਦੇ ਤਾਂ ਗਾਇਸ ਹੁਣ ਅਸੀਂ ਖਾਣ ਲੱਗੇ ਆ ਪਤੋੜੀਆਂ ਇਦਾਂ ਦਾ ਆਰਾਮ ਮਿਲ ਰਿਹਾ ਤੈਨੂੰ ਇਦਾਂ ਭਾਰ ਘਟ ਗਿਆ ਸਿਰ ਤੇ
ਪਹਿਲਾਂ ਭਾਰ ਜ਼ਿਆਦਾ ਸੀ ਤੁਹਾਨੂੰ ਸਮਝਾ ਨਾ ਮਜ਼ਾਕ ਨਹੀਂ ਸਾਲਾ ਖਾਣ ਪੀਣ ਦਾ ਸਮਾਨ ਪਿਆ ਇੱਥੋਂ ਐਂ ਕਰਕੇ ਮੇਰੇ ਤਾਂ ਹੁਣ ਬੱਚੇ ਹੋਏ ਆ ਸਾਢੇ ਚਾਰ ਸਾਰੇ ਸੁੱਤੇ ਪਏ ਆ ਅਤੇ ਕਈ ਤਾਂ ਉੱਠ ਵੀ ਗਏ ਆਸੇ ਪਾਸੇ ਜਿਹੜੇ ਮਤਲਬ ਛੇਤੀ ਉੱਠੇ ਆਤੇ ਆ ਅਤੇ ਮੰਡੀਰ ਇੱਥੇ ਅਤੇ ਮੈਨੂੰ ਆਪ ਨਹੀਂ ਪਤਾ ਮੈਂ ਕਿੱਥੇ ਪਿਆ ਹੋਇਆ ਹੁਣ ਬਾਹਰ ਤਾਂ ਨਹੀਂ ਹੋਇਆ ਫਿਰਦਾ ਨਹੀਂ ਨਹੀਂ ਕਹੀ ਤਾਂ ਅੰਦਰ ਹੀ ਆ ਹਜੇ ਤੱਕ ਤਾਂ ਚੁੱਪ ਕਰ ਜਾ ਪੱਗ ਦੇਖ ਬੰਦ ਕੇ ਤਲ ਮਾਰੇ ਹੁਣ ਆਵਾਜ਼ ਆ ਰਹੀ ਆ ਗੇਟਾਂ ਗੇਟਾਂ ਦੇ ਉੱਪਰ ਆ ਰਹੀ ਆ ਸੋਜਾ ਸੋਜਾ ਹੁਣ ਪਤਾ ਨਹੀਂ ਕਿੰਨਾ ਟਾਈਮ ਹੋ ਗਿਆ ਫੋਨ ਇੱਥੇ ਪਿਆ ਸੀ ਫੋਨ ਕਿੱਥੇ ਇਹਨਾਂ ਦੇ ਸਾਈਨ ਲਗੋ ਕੇ ਰੱਖੇ ਖਾਣ ਵਾਲਾ ਸਮਾਨ ਵੀ ਵਾਹਵਾ ਪਿਆ ਹੋਇਆ ਅਤੇ ਵਾਹ ਪਏ ਸਾਰੇ ਗੁੱਡ ਮੋਰਨਿੰਗ ਗਾਇਸ ਹੁਣ 8 ਵੱਜ ਚੁੱਕੇ ਆ ਅਤੇ ਮੈਂ ਉੱਠ ਗਿਆ ਵਾਂ ਤਿਆਰ ਵਗੈਰਾ ਹੋ ਗਿਆ ਨਾ ਕਿਉਂਕਿ ਮੈਂ ਜਾਣਾ ਸੀ ਮੈਨੂੰ ਘਰੋਂ ਫੋਨ ਆ ਗਿਆ ਅਤੇ ਹਜੇ ਤੱਕ ਬੰਦੇ ਪਏ ਹੀ ਆ ਇਹਨਾਂ ਨੂੰ ਉਠਾਉਂਦੇ ਹਾਂ ਹੁਣ ਹੈ ਨਾ ਉੱਠੋ ਏ ਇੱਕਦਮ ਕਹਿਣਗੇ ਬਾਹਰ ਚਲੇ ਗਏ ਉੱਠ ਉੱਠ ਸਾਲਿਆ ਸੋ ਸੋ ਹੱਸਦਾ ਵਾਂ ਮੈਂ ਤਾਂ ਵੀਰੇ ਚੱਲਿਆ ਮੈਂ ਤਾਂ ਸਰਕਲ ਤੋਂ ਹੋ ਗਿਆ ਬਾਹਰ ਸਾਢੇ 8 ਹੋ ਗਏ ਅੱਧੇ ਘੰਟੇ ਦਾ ਉੱਠਿਆ ਹੋਇਆ ਬਾਕੀ ਦੇ ਮੇਰੇ ਗੋਡੇ ਗਾਡੇ ਮਾਰ ਕੇ ਗਿਆ ਉਹ ਵੀ ਉੱਠਿਆ ਹੋਇਆ ਉਹਦੇ ਉਹ ਚੱਲ ਪਹਿਲੇ ਬਾਹਰ ਆ ਉਹ ਤਾਂ ਗੇਮ 'ਚ ਬਾਹਰ ਹੀ ਆ ਉੱਠੋ ਯਾਰ ਮੈਨੂੰ ਛੱਡ ਕੇ ਕੌਣ ਆਊਗਾ ਉਹ ਛੱਡੇਊ ਚੱਲਣ ਟਾਈਮ ਵੀਰੇ 8 ਵੱਜ ਗਏ ਆ ਸਾਢੇ 8 ਹੋਣ ਵਾਲੇ ਆ ਤੂੰ ਸਕੂਲ ਜਾਣਾ ਤੂੰ ਸਕੂਲ ਗਾਣਾ ਗਾਣਾ ਭਰਾਵਾ ਸਕੂਲੇ ਉਹ ਨਿਕਲ ਗਿਆ ਨਿਕਲ ਗਿਆ ਹੋ ਗਿਆ ਬਾਹਰ ਗੇਮ ਵੀਰੇ ਤੁਹਾਡੇ ਦੋਨਾਂ ਵਿੱਚ ਰਹਿ ਗਈ ਮੈਂ ਤਾਂ ਪਹਿਲਾਂ ਹੀ ਬਾਹਰ ਹਾਂ ਮੱਛਰ ਪਹਿਲਾਂ ਲੱਗੇ ਸੀ ਮੱਛਰ ਆਉਣਗੇ ਮਤਲਬ ਔਖਾ ਹੋਊਗਾ ਕੁਛ ਨੀ ਹੋਇਆ ਯਾਰ ਸਿਰੇ ਸਿਰੇ ਕੁੱਕੜਾਂ ਨੇ ਬਹੁਤ ਤੰਗ ਕੀਤਾ ਇਹਨਾਂ ਨੇ ਫੜ ਲੈਂਦਾ ਵਾਂਗ ਦਿੰਦਾ ਅੱਧੀ ਵਾਂਗ ਰਹਿ ਇਹ ਚ ਪਾਲਾ ਨਾਲ ਹੀ ਉਹ ਚ ਕਰਕੇ ਗਰਮ ਕਰਦਾ ਚਲੋ ਠੀਕ ਆ ਹੁਣ ਚੱਲਦਾ ਮੈਂ ਠੀਕ ਆ ਓਕੇ ਕੈਮਰਾ ਦੀ ਸੰਭਾਲ ਲਾ ਸਾਡਾ ਦਿਖਾਈ ਇੱਕ ਮਿੰਟ ਖੜ ਲਾ ਬਾ ਬਾਏ ਟਾਂਗੇ ਲੱਭੀ ਜਾਂਦਾ ਹੁਣ ਉਹ ਕਿ ਲੇਟ ਹੋ ਜਾਏਗਾ ਉਹਨੂੰ ਕਹਿ ਓਏ ਹੁਣ ਆਪਣੇ ਦੋਨਾਂ ਵਿੱਚ ਕੀ ਨਾ ਹੋ ਰਹਿ ਗਿਆ ਹਲੋ ਹੈ ਖਾਈ ਕਰ ਲੈ ਮੇਰਾ ਵਿਆਹ ਆਈ ਹੈ ਜਾ ਤਾੜਿਆ ਮੈਂ ਉਹ ਵਧੀਆ ਰਿਹਾ ਤੇਰਾ ਕਿਵੇਂ ਰਿਹਾ ਮੈਂ ਐਕਸਪੀਰੀਅੰਸ ਇੱਥੇ ਮੈਨੂੰ ਤਾਂ ਇਹ ਵੀ ਨੀਂਦ ਆਈ ਜਾਂਦਾ ਗਾਇਸ ਮੈਂ ਰੋਜ਼ 12 ਵਜੇ ਉੱਠਦਾ ਹੁੰਦਾ ਮੈਂ ਹਜੇ ਤਾਂ 8 ਵਜੇ ਆ ਮੇਰਾ ਤਾਂ ਇਹ 2 ਦਿਨ ਘਟੇ ਯਾਰ ਮੈਂ ਜਿਮ ਵੀ ਜਾਣਾ ਮੈਂ ਜਿਮ ਕਿਵੇਂ ਜਾਊਂ ਗਾਇਸ ਆਲਮੋਸਟ ਹੁਣ ਵੱਜ ਚੁੱਕੇ ਆ ਪੂਰੇ 3 ਤੇ ਰਾਹ ਨਾ ਮੈਂ ਪਿਆ ਮਤਲਬ ਥੋੜੇ ਟਾਈਮ ਲਈ ਟੂ ਬੀ ਓਨੈਸਟ ਉਸ ਤੋਂ ਬਾਅਦ ਜਦੋਂ ਚਲੇ ਗਏ ਸੀਗੇ ਮੈਂ ਬਾਥਰੂਮ ਜਾ ਕੇ ਆਇਆ ਅਮਨ ਦੇ ਜਾਣ ਤੋਂ ਬਾਅਦ ਮੈਂ ਤਾਂ ਸੋ ਗਿਆ ਸੀਗਾ ਜਦੋਂ ਮੈਂ ਉੱਠਿਆ ਕਿਉਂਕਿ ਯਾਰ ਮੇਰਾ 12-13 ਵਜੇ ਉੱਠਦਾ ਹੁੰਦਾ ਮਤਲਬ 1 ਵਜੇ ਅਤੇ ਜਦੋਂ ਮੈਂ ਦੇਖਿਆ ਦੀਪ ਹੈ ਨਹੀਂ ਸੀ ਅਤੇ ਮੈਂ ਦੀਪ ਨੂੰ ਫੋਨ ਲਾਇਆ ਮੈਂ ਕਿੱਥੇ ਆ ਕਹਿੰਦਾ ਮੇਰੇ ਘਰੋਂ ਗਾਲਾਂ ਪੈਣ ਲੱਗ ਗਿਆ ਕਹਿੰਦਾ ਮੈਂ ਤਾਂ ਘਰੇ ਆ ਗਿਆ ਚੈਲੇਂਜ 'ਤੇ ਪਤਾ ਕਿਵੇਂ ਆਏ ਆ ਉਹ ਪੀਜ਼ੇ ਦੇ ਲਾਲਚ 'ਚ ਐਂਡ 'ਤੇ ਮੈਂ ਜਿੱਤ ਗਿਆ ਅਤੇ ਮੈਂ ਵਿਜੇਤਾ ਹੋ ਚੁੱਕਿਆ ਘੋਸ਼ਿਤ ਅਤੇ ਆਹ ਵੀ ਆਇਆ ਹੋਇਆ ਸੀਗਾ ਮੈਨੂੰ ਜਿੰਮ ਦਾ ਕਹਿਣ ਪਰ ਬਈ ਅਸੀਂ ਜਿੰਮ ਵੀ ਨਹੀਂ ਗਏ ਅੱਜ